हमारी आर्मी का एक वेलफेयर एसोसिएशन है जिसको हम आवा के नाम से जानते हैं। तो आवा के तरफ से मेरे यूनिट के, हमारे हस्बैंड की यूनिट के जितने भी फैमिलीज़ है और ऑफिसर फैमिलीज़ है, वो सारे बच्चों के लिए, इधर जो बच्चे हैं, अंडर प्रिविलेज्ड बच्चे हैं, उनके लिए टॉयज़, कपड़े, खाने का सामान, स्कूल के सामान एट्सेट्रा, ये सारे कुछ डोनेट करे हैं और वो सारा कुछ हम लेके इधर आए हैं। मिस्टर आर के महाजन की ये जो छोटी सी कोशिश है उसके रहते हुए जो बच्चे इधर अंडर प्रिविलेज बच्चे हैं उनको ये डोनेट करने के लिए, देने के लिए, ताकि उनको खुशी मिले इन सब चीज़ों को, छोटी छोटी चीज़ें मिलके जो उनको मिलता नहीं है वो मिलके इनको खुशी मिले, यही हमारी आज की कोशिश है। ये वल्लों उन्हां दी वाइफ करण गोश दी मैडम जिहड़े सीओ ने इत्थे बड़ी अच्छी सोच रखते ने, ਉਹਨਾਂ ਨੇ ਅੱਜ ਇੱਕ ਐਸਾ ਉਪਰਾਲਾ ਕੀਤਾ ਜਿਹੜਾ ਕਿ ਇਹਨਾਂ ਦੀ ਬੱਚਿਆਂ ਦੀ ਜ਼ਿੰਦਗੀ ਚੇਂਜ ਕਰਨ ਵਿੱਚ ਮਦਦਗਾਰ ਸਿੱਧ ਹੋਵੇਗਾ। ਮੈਂ ਇਹਨਾਂ ਸਾਰਿਆਂ ਦਾ ਇੱਥੇ ਆਉਣ 'ਤੇ ਵਾਰੀ ਧੰਨਵਾਦ ਕਰਦਾ ਹਾਂ। ਮੈਂ ਪਬਲਿਕ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਅਤੇ ਨਾਲ ਹੀ ਸਰਕਾਰ ਨੂੰ ਵੀ ਜੇ ਉਹਨਾਂ ਨੇ ਭਿੱਖ ਮੰਗੀ ਬੰਦ ਕਰਨੀ ਹੈ ਤਾਂ ਇੱਦਾਂ ਦੇ ਸਕੂਲ ਉਹਨਾਂ ਦੇ ਏਰੀਏ ਵਿੱਚ ਹੀ ਖੋਲ੍ਹੇ ਜਾਣ ਤਾਂ ਜੋ ਬੱਚਿਆਂ ਵਿੱਚ ਪੜ੍ਹਨ ਦੀ ਪ੍ਰਵਿਰਤੀ ਪੈਦਾ ਹੋਏ ਅਤੇ ਅੱਛੇ ਇਨਸਾਨ ਬਣ ਨਹੀਂ ਤਾਂ ਬੱਚੇ ਵੀਕ ਮੰਗਦੇ ਨੇ। ਅਭੀ ਤਾਂ ਅੱਛਾ ਹੈ, ਇਤਨਾ ਅੱਛਾ ਬਦਲਾਅ ਹੈ, ਬੱਚੇ ਇਤਨੇ ਪੜ੍ਹ ਰਹੇ ਅੱਛੀ ਤਰ੍ਹਾਂ ਸੇ, ਪਹਿਲੇ ਸੇ ਬਿਹਤਰ ਅੱਛਾ ਹੈ। ਹਮਾਰੇ ਮਾਂ ਬਾਪ ਦਾ ਮਾਂ ਬਾਪ ਹਮਕੋ ਭੇਜਤੇ ਥੇ, ਅਭੀ ਜਬ ਹਮਾਰੇ ਬੱਚੋਗੇ ਤਾਂ ਹਮ ਵੀ ਉਨਕੋ ਭੇਜਤੇ ਥੇ। ਇਹ ਹਮਾਰੀ ਪੈਦਾ ਸੀ ਭੀਕ ਮੇਂ ਚਲੀ ਗਈ। ਮੈਂ ਹਮ ਤਾਂ ਅਭੀ ਪੜ੍ਹਾਏ ਗਏ, ਪੜ੍ਹਾਈ ਕਾ ਮੁੱਲ ਬਹੁਤ ਭਾਰੀ ਹੈ, ਪਤਾ ਲੱਗ ਗਿਆ। ਮੈਂ ਤਾਂ ਕਹਿ ਰਹਾ ਹਾਂ ਕਿ ਬਹੁਤ ਅੱਛਾ ਹੈ, ਜਿਸ ਤਰ੍ਹਾਂ ਹਮੇਂ ਇਤਨੀ ਸੁਵਿਧਾ ਦੇ ਰਹੇ, ਬੱਚੋਂ ਕੋ ਪੜ੍ਹਾ ਰਹੇ, ਔਰ ਇਸਨੇ ਅੱਛਾ ਔਰ ਕਿਆ ਹੋ ਸਕਦਾ ਹੈ। ਪਹਿਲੇ ਸੇ ਤਾਂ ਅੱਛਾ ਹੈ, ਭੀਕ ਮੰਗਣੇ ਸੇ ਤਾਂ ਅੱਛਾ ਹੈ ਕਿ ਪੜ੍ਹ ਰਹੇ, ਆਗੇ ਜਾ ਕੇ ਉਨਕੋ ਭੀਕ ਮੰਗਣੇ ਕੇ ਤਾਂ ਉਨਕੇ ਬੱਚੋਂ ਕੋ ਤਾਂ ਜ਼ਰੂਰ ਨਹੀਂ ਪੜੇਗੀ। ਅਭੀ ਤਾਂ ਹਮ ਅੱਛਾ ਸੋਚਤੇ ਕਿ ਅਭੀ ਇਹ ਕੁਛ ਬਣਨੇ ਵਾਲੇ ਸਾਂ, ਮਤਲਬ ਐਸਾ ਲੱਗ ਰਿਹਾ ਕਿ ਜ਼ਮੀਨ ਸੇ ਆਸਮਾਨ ਕੀ ਬੁਲੰਦੀ ਕੋ ਛੁਨੇ ਲੇ। ਮੰਗੇ ਆਗੇ ਸੇ ਆਗੇ ਐਸਾ ਲੱਗੇਗਾ ਕਿ ਮੰਗਦੇ ਮੰਗਦੇ ਜ਼ਿੰਦਗੀ ਚਲੀ ਜਾਏਗੀ।